किथे जावेगा तू जान बचा के पते नू नी जान दे मांगे किथे जावेगा तू जान बचा के पते नू नी जान दे मांगे उठा पंगा ले लिया मोदिया ओ तू चट्टा दे सिंगा नू हथ लागे उठा पंगा ले लिया मोदिया किदे नाल ले लिया पुठा पंगा ओ भी दस दो किथों आए हो की कुछ तुहाडी एज है मैं जी रामगढ़ चमाली तो आईयां मेरी ए पंजाब चों मेरी ए मंग है भी साढ़े जिहड़े साढ़े ते बिल ठोके जे मैं अनपढ़ा मैं उन्नी गल करूँ ठोके ने वो साढ़े बिल पास कर दे फिर असीं जावांगे एक मिनट पिछो नहीं असीं गोलियां खाण नूं तैयार पिछों साढ़े बेटे ने इत्थे असीं मां उमर की कुछ है माता जी तुहाडी उम्र मेरी तैनूं पता ही है वध तों वध 60-65 साल दी हो 60-65 हाँ भी मेरे मन च ये आया ती मैं तैनूं दस भी दिनी हाँ करें बैठी तीती दिल नीति लगदा मेरा दिल्ली एनी तेनू जाके तेनू जाके मैं चार सुपेरों केरा दिल्ली एनी तेनू जाके क्या भाई एक बार जोरदार तालियां हमारी माता जी के लिए इस उम्र में भी इतना ज्यादा जोश है दिल्ली पहुंच चुकी है हालांकि चलती तो लाठी के साथ है लेकिन लाठी में दम भी उतना ही है ना माता जी ਮੈਨੂੰ ਲਾਠੀ ਦਾ ਉਈ ਸਹਾਰਾ ਜਾ ਵੀ ਕੁੱਟਣਾ ਪੈ ਜੂਗਾ ਮੈਨੂੰ ਕਿਹਨੂੰ ਕੁੱਟਣਾ ਫਿਰ ਉਹ ਤੇ ਦੱਸ ਦੋ ਮੋਦੀ ਨੂੰ ਕੁੱਟਣਾ ਹੈ ਗਲੀ ਗਲੀ ਮੈਂ ਸੋਰ ਹੈ ਮੋਦੀ ਸਾਰਾ ਜੋਰ ਹੈ ਗਲੀ ਗਲੀ ਮੈਂ ਸੋਰ ਹੈ ਮੋਦੀ ਸਾਰਾ ਜੋਰ ਹੈ ਗਲੀ ਗਲੀ ਮੈਂ ਸੋਰ ਹੈ ਮੋਦੀ ਸਾਰਾ ਜੋਰ ਹੈ आप देख सकते हो इस एज में भी काफी सारे लोग यहाँ पर जो है माताएं यहाँ पर पहुंची हुई है पंजाब से नक्की दुक्की चक देंगे ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਮੋਦੀ ਜੀ ਲਈ ਆ ਬੋਲਣਗੇ ਅੱਛਾ ਆ ਬੋਲਣਗੇ ਇਹ ਸਗਨ ਥੋੜੀ ਹੈ ਕਿ ਪੁੱਛਣਾ ਪਏ ਇਹ ਪਾਏਗਾ ਕਿ ਕੌਣ ਪਾਏਗਾ ਮੇਰਾ ਮਾਈਕ ਅੱਛਾ ਜੀ ਉਹ ਸਾਡੇ ਤਾਂ ਬਸ ਇਹੀ ਹੈ ਜੀ ਸਾਡੇ ਜਿਹੜੇ ਤਿੰਨੇ ਹੱਕ ਨੇ ਕਾਨੂੰਨ ਨੇ ਮੋਦੀ ਨੂੰ ਉਹ ਦੇਣੇ ਚਾਹੀਦੇ ਨੇ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਵੀ ਇੱਥੇ ਇਸ ਜਗ੍ਹਾ ਤੇ ਆਏ ਹੋਏ ਨੇ ਕਿਉਂਕਿ ਠੰਡ ਦਾ ਮੌਸਮ ਹੈ ਮੋਦੀ ਆ ਕੇ ਦੇਖ ਲਵੇ ਤੇ ਦੂਜਾ ਜਿਹੜਾ ਸਾਡੇ ਜ਼ਮੀਨਾਂ ਦੇ ਕਾਰਨ ਨੇ ਉਹ ਮੋਦੀ ਜਾ ਕੇ ਦੇਖੇ ਕਿੰਨੇ ਸੱਪਾਂ ਦੇ ਸਿਨੀਆਂ ਮੱਚ ਕੇ ਸਾਡੇ ਕਿਸਾਨ ਖੇਤੀ ਕਰ ਕਹਾਂ ਸੇ ਆਏ ਕਹਾਂ ਸੇ ਹੋ ਅਸੀਂ ਜੀ ਜ਼ਿਲ੍ਹਾ ਸੰਗਰੂਰ ਨਾਰੀਕੇ ਜੀ ਯੰਗਸਟਰਸ ਵੀ ਹੈ ਕੁਛ ਉਨਸੇ ਵੀ ਬਾਤਚੀਤ ਕਰ ਲੈਂਦੇ ਸਰ ਕਹਾਂ ਸੇ ਆਏ ਹੋ ਕਿੱਥੋਂ ਆਏ ਅੰਕਲ ਜੀ ਤੁਸੀਂ ਦੱਸ ਦਿਓ ਉਹਨਾਂ ਨੂੰ ਤਾਂ ਡਰ ਲੱਗ ਗਿਆ ਉਹ ਜ਼ਿਲ੍ਹੇ ਦੇ ਹੈ ਅਸੀਂ ਪਟਿਆਲਾ ਜ਼ਿਲ੍ਹਾ ਤੋਂ ਹੈ ਜੀ ਵੀ ਇਹ ਜਿਹੜੀਆਂ ਸਰਕਾਰਾਂ ਸਾਨੂੰ ਬਦਨਾਮ ਕਰ ਰਹੀ ਸੀਆਂ ਕੰਗਣਾ ਵਰਗੀਆਂ ਪੈਣਾ ਸਾਡੀਆਂ ਅਸੀਂ ਮਾੜਾ ਨਹੀਂ ਬੋਲਦੇ ਇਹ ਪੰਜਾਬੀਆਂ ਦਾ ਲਫ਼ਜ਼ ਹੈ ਪੰਜਾਬੀ ਕਿਸੇ ਨੂੰ ਮਾੜਾ ਨਹੀਂ ਬੋਲਦੇ ਉਹ ਸਰਕਾਰਾਂ ਦੇ ਨੇਤੇ ਹੈ ਨਾ ਸਰਕਾਰਾਂ ਦੇ ਨੇਤੇ ਤਾਂ ਇੱਕ ਨੇ ਬੋਲੀ ਜਾਂਦੇ ਹੈ ਪਰ ਸਿੱਖ ਧਰਮ ਦਾ ਮੁੱਦਾ ਜਿਹੜਾ ਉਹ ਕਹਿੰਦੀ ਹੈ ਸਭ ਨੂੰ ਸਰਬੱਤ ਕੇ ਭਲੇ ਗੁਰਦਾਸ ਵਾਸਤੇ ਪਰ ਇਹ ਵੀ ਅੱਜ ਸੱਚਾਈ ਦਿੱਲੀ ਨੂੰ ਦੀਖ ਚੁੱਕੀ ਸੈਂਟਰ ਸਰਕਾਰ ਨੂੰ ਜਿਹੜੇ ਕਿਸਾਨ ਤਾਂ ਆਏ ਵੇ ਸੀਗੇ ਸਿਆਣੇ ਆਏ ਸੀਗੇ ਨੌਜਵਾਨ ਜੂਥ ਆਏ ਸੀਗੇ ਇਹਨਾਂ ਨਾਲ ਹਰ ਇੱਕ ਸਟੇਟ ਦੇ ਬੰਦੇ ਭਾਈ ਭਾਈ ਬਣ ਚੁੱਕੇ ਨੇ ਪਰ ਸਾਡੇ ਬੀਜੇਪੀ ਜਿਹੜੀ ਹੈਗੀ ਹਰਿਆਣਾ 'ਚ ਇਸ ਵਾਇਲ ਦੇ ਮੁੱਦੇ ਨੂੰ ਲੈ ਕੇ ਫਿਰ ਜਿਹੜੀ ਇਹ ਧਰਨੇ ਤੇ ਬੈਠੀ ਸੀ ਉਹਦੇ ਬਾਰੇ ਕੀ ਕੁਛ ਕਹਿਣਾ ਚਾਹੋਗੇ ਬੀਜੇਪੀ ਜਿਹੜੀ ਹੈ ਆਪਣੇ ਪਖੰਡਬਾਜ਼ੀਆਂ ਕਰ ਰਹੀ ਹੈ ਬੀਜੇਪੀ ਨੇ ਖੱਟੜ ਸਰਕਾਰ ਨੂੰ 22 ਤਰੀਕ ਨੂੰ ਹੁਣ ਸੈਂਟਰ ਸਰਕਾਰ ਨੂੰ ਉਹਦੇ ਝੰਡੇ ਵੀ ਤੋੜ ਦਿੱਤੇ ਉਹਦੀਆਂ ਗੱਡੀਆਂ ਵੀ ਭੰਨ ਦਿੱਤੀਆਂ ਜਦ ਤੱਕ ਬੀਜੇਪੀ ਸੈਂਟਰ ਸਰਕਾਰ ਸਾਡੇ ਨਾਲ ਕਿਸਾਨਾਂ ਨਾਲ ਧੱਕਾ ਕਰੇਗੀ ਇਹਨਾਂ ਦੇ ਕੋਈ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ ਨਾ ਪੰਜਾਬ 'ਚ ਹੋਣ ਅੱਛਾ ਖੱਟਰ ਲਈ ਕੋਈ ਮੈਸੇਜ ਦੇਣਾ ਚਾਹੋਗੇ ਖੱਟਰ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਤੂੰ ਹਾਲੇ ਵੀ 7 ਮਈ ਤਰੀਕੇ ਦੇ ਨਾਲ ਇਹ ਜਿਹੜਾ ਸਾਰੇ ਸਟੇਟਾਂ ਦਾ ਕਿਸਾਨ ਜਾਗ ਚੁੱਕਿਆ ਬੀਬੀਆਂ ਭੈਣਾਂ 'ਤੇ ਲੈ ਕੇ ਇਹ ਪੰਜਾਬ ਦੀਆਂ ਬੀਬੀਆਂ ਭੈਣਾਂ ਸਾਨੂੰ ਬਦਨਾਮ ਤਾਂ ਕਰਦੇ ਸੀਗੇ ਅੱਜ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਨੂੰ ਮਿਲਣੇ ਵਾਸਤੇ ਆ ਰਹੀਆਂ ਅਸੀਂ 26 ਤਰੀਕ ਦੇ ਇੱਥੇ ਬੈਠੇ ਹਾਂ ਭਾਈ ਅੱਛਾ ਜਿੰਨਾ ਜਿਹੜਾ ਜੋਸ਼ ਹੈ ਉਹ ਪਹਿਲੇ ਦਿਨ ਸੀ ਅੱਜ ਤੱਕ ਵੀ ਬਰਕਰਾਰ ਹੈਗਾ ਇਹ ਜੋਸ਼ ਤਾਂ ਸਦਾ ਇੱਕ ਨੇ ਰਹੇਗਾ ਜਦ ਤੱਕ ਇਹ ਸਾਡੇ ਇਹ ਸੰਘਰਸ਼ ਨੂੰ ਸੰਘਰਸ਼ ਦਾ ਇਹ ਵਧੇਗਾ ਹੀ ਸਾਡੇ ਪਰਿਵਾਰਾਂ ਦੇ ਮਾਵਾਂ ਭੈਣਾਂ ਬੀਬੀਆਂ ਸਾਰੀਆਂ ਆ ਰਹੀਆਂ ਨੇ ਸਾਨੂੰ ਇਹ ਕਹਿ ਰਹੀਆਂ ਵੀ ਤੁਸੀਂ ਬੈਠੇ ਰਹੋ ਜ਼ੋਰਾਂ ਸ਼ੋਰਾਂ ਦੇ ਨਾਲ ਕੱਟ ਰਹਿਣਗੇ ਮੋਦੀ ਨੂੰ ਇੱਥੇ ਝੁਕਣਾ ਪੈਣਾ ਬੀਜੇਪੀ ਸਰਕਾਰ ਨੂੰ ਝੁਕਣਾ ਪੈਣਾ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਬੀਜੇਪੀ ਸਰਕਾਰ ਬੀਜੇਪੀ ਸਰਕਾਰ
मोदी खंड बढ़ गया खंड लो बीन बजा के मीडिया जरा साडे बच्चे ने बच्चे बहुत तरीके सरकार कहती है ना हरियाणा से कोई नहीं है, मैं दिल्ली आती हूँ और जो मोदी ने तीनों ये काले कानून बनाए हैं ना वो मोदी वापस लेगा नहीं लेगा जब तक दिल्ली आऊंगी मैं। और है ना वो कह रहे हैं ना कि ये कानून किसान के लिए फायदेमंद है, कोई फायदेमंद नहीं है। जो इस कानून का समर्थन करा है वो मोदी के खरीदे हुए 300-300 रुपए के दिहाड़ी मजदूर है, किसान कोई नहीं है उनके साथ। हमारी जो पंजाब से जो लेडीज आई हुई है यहाँ पर कुछ अपना प्रदर्शन कर रही है। मोदी मर गया, मोदी मर गया, लाठी गिर गई, मोदी मर गया, मोदी मर गया, मोदी मर गया, मोदी मर गया, मोदी खट्टर मर गया, हाय हाय। तो हरियाणा से आ रहे हो भाई, वो मोदी कह रहे हैं आप खट्टर किसको मारने वाले, तुम बता दो। खट्टर को भी मारेंगे, मोदी को भी मारेंगे, दोनों को मारेंगे। पहले इनकी भी सुन लेते हैं, उनकी खट्टर को भी और मोदी को दोनों को मारेंगे। मारो मारो, ये हरियाणा पंजाब भाईचारा है, दोनों मिलकर मारेंगे। हरियाणा पंजाब भाईचारा है, दोनों मोदी ने खट्टर ने और दूसरे ने तीनों को मारेंगे। क्या करो आगे तो ये करेंगे जितना मेरे को। अरे 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 कंगना को क्यों मार दिया मोदी ने कर सकते हैं। कुछ भी कर दिए मोदी खट्टर, तू समझ में आ गई कंगना ने क्यों बीच में लिया है। कंगना साथ दे रही है सरकार का, मोदी की सरकार दे रही ना साथ वाली। कंगना भाग गई और वहाँ कहाँ गई हूँ तो भाग गई, बस खत्म हो गई। पंजाब जी ने पंगा लेके गई है सही, बस सारे भाग, मोदी भी भाग जाएगा, कंगना भी भाग जाएगा, और भी जो साथी है भाग जाएंगे सब। पंजाब से किसी ने पंगा लेके रहेगा नहीं सही। तो आप लाइव तस्वीरें देख रहे थे टिकटॉक हरियाणा के माध्यम से, जहां लुधियाना हो, पंजाब हो, हरियाणा हो या फिर जितनी भी स्टेट्स हैं, हर कोई जो है इस आंदोलन में सपोर्ट करने पहुंच रहा है लगातार, और अलग अलग तरीकों से जो है सब लोग प्रदर्शन करते नजर आ रहे हैं। एक बार जोर से दोर पर करो तो छापा मोदी का, करो छापा, हाय हाय मोदी मर गया, 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 हाय 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 मोदी मर गया, 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 हाय हाय मोदी मोदी सरकार मुर्दाबाद, के माध्यम से दिल्ली के सिद्धू बॉर्डर से वीडियो को शेयर करना बिल्कुल भी मत भूलिएगा। सबसे पहले आप ये खबर देख रहे थे टिकटॉक हरियाणा के माध्यम से, मेरे यानी नीरा माटा के साथ।